ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਆਪਾਂ ਆਪਣੇ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਪਹਿਲੀ ਨਿਊਜ਼ ਆ ਗਈ ਹੈ ਦੀ ਵਰਲਡ ਇਨਵੈਸਟਮੈਂਟ ਰਿਪੋਰਟ 2019। ਰੀਸੈਂਟਲੀ ਇਸ ਰਿਪੋਰਟ ਨੂੰ ਰਿਲੀਜ਼ ਕੀਤਾ ਗਿਆ ਕਿ ਇਹਦੇ ਦੁਆਰਾ ਇੱਕ ਆਰਗੇਨਾਈਜੇਸ਼ਨ ਹੈਗੀ, ਉਹਦਾ ਨਾਮ ਹੈਗਾ ਯੂਨਾਈਟਿਡ ਨੇਸ਼ਨਸ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ, ਜਿਹਨੂੰ ਕਿ UNCTAD ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਰਿਪੋਰਟ ਦੀਆਂ ਫਾਈਂਡਿੰਗਸ ਕੀ ਨੇ? ਇਸ ਰਿਪੋਰਟ ਦੇ ਵਿੱਚ ਬੇਸਿਕਲੀ ਇਹ ਦੱਸਿਆ ਗਿਆ ਵੀ ਕਿਹੜੀ ਕੰਟਰੀ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ FDI ਜਾਣੀ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਕਿੰਨੀ ਗਰੋ ਹੋਈ ਹੈ, ਤੇ ਆਪਣੇ ਇੰਡੀਆ ਦਾ ਇਹਨਾਂ ਨੇ ਡਾਟਾ ਇਹ ਪੇਸ਼ ਕੀਤਾ ਵੀ ਇੰਡੀਆ ਦੇ ਵਿੱਚ ਪਿਛਲੇ ਸਾਲ ਨਾਲੋਂ FDI ਜਾਣੀ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ 6% ਦੇ ਨਾਲ ਗਰੋ ਹੋਈ ਹੈ। ਮਤਲਬ ਪਿਛਲੇ ਸਾਲ $40 ਮਤਲਬ ਬਿਲੀਅਨ ਡਾਲਰ ਸੀਗੀ, ਤੇ ਇਸ ਸਾਲ $42 ਬਿਲੀਅਨ ਇਨਵੈਸਟਮੈਂਟ ਆਪਣੇ ਇੰਡੀਆ ਦੇ ਵਿੱਚ ਹੋਈ ਹੈ। ਠੀਕ ਹੈ, ਤੁਹਾਡੇ ਲਈ ਅੱਜ ਦਾ ਪਹਿਲਾ ਕੁਐਸਚਨ ਕਮੈਂਟ ਬਾਕਸ ਦੇ ਵਿੱਚ ਇਹ ਲਿਖੋ ਵੀ ਕਿਹੜੀ ਕੰਟਰੀ ਦੇ ਥਰੂ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ FDI ਆਉਂਦੀ ਹੈ। ਠੀਕ ਹੈ, ਸਭ ਤੋਂ ਮਤਲਬ ਕਿਹੜੀ ਕੰਟਰੀ ਸਭ ਤੋਂ ਜ਼ਿਆਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਕਰਦਾ ਹੈ ਆਪਣੇ ਇੰਡੀਆ ਦੇ ਵਿੱਚ। ਠੀਕ ਹੈ, ਇਸ ਇੰਡੈਕਸ ਦੇ ਵਿੱਚ ਮਤਲਬ ਕੰਟਰੀਜ਼ ਨੂੰ FDI ਦੇ ਹਿਸਾਬ ਨਾਲ ਰੈਂਕ ਵੀ ਕਰੇਗਾ। ਠੀਕ ਹੈ, ਜਿਹਦੇ ਵਿੱਚ ਟੌਪ ਸਥਾਨ, ਪਹਿਲਾ ਸਥਾਨ USA ਨੇ ਹਾਸਿਲ ਕਰਿਆ ਤੇ ਆਪਣੇ ਇੰਡੀਆ ਦਾ ਰੈਂਕ ਇਸ ਇੰਡੈਕਸ ਦੇ ਵਿੱਚ ਹੈਗਾ 10th। ਅੱਗੇ ਇੱਕ ਹੋਰ ਇੰਡੈਕਸ ਆ ਗਿਆ, ਵਰਲਡ ਗਲੋਬਲ ਪੀਸ ਇੰਡੈਕਸ 2019। ਇਹ ਇੰਡੈਕਸ ਇੰਪੋਰਟੈਂਟ ਹੈ। ਪਹਿਲੀ ਗੱਲ, ਇਹਨੂੰ ਰਿਲੀਜ਼ ਕਿਹਨੇ ਕਰਿਆ? ਇੱਕ ਆਸਟ੍ਰੇਲੀਆ ਬੇਸਡ ਆਰਗੇਨਾਈਜੇਸ਼ਨ ਹੈਗੀ, ਉਹਦਾ ਨਾਮ ਹੈਗਾ ਇੰਸਟੀਟਿਊਟ ਆਫ ਇਕਨੋਮਿਕ ਐਂਡ ਪੀਸ। ਉਹਨੇ ਇਸ ਇੰਡੈਕਸ ਨੂੰ ਰਿਲੀਜ਼ ਕਰਿਆ। ਇਸ ਇੰਡੈਕਸ ਦੀ ਰੈਂਕਿੰਗਸ ਬਾਰੇ ਆਪਾਂ ਗੱਲ ਕਰੀਏ ਵੀ ਕਿਹੜੀ ਕੰਟਰੀ ਸਭ ਤੋਂ ਜ਼ਿਆਦਾ ਪੀਸਫੁਲ ਹੈ ਤੇ ਕਿਹੜੀ ਕੰਟਰੀ ਸਭ ਤੋਂ ਘੱਟ ਪੀਸ ਹੈ। ਠੀਕ ਹੈ, ਇਹਨਾਂ ਇਸ ਇੰਡੈਕਸ ਦੇ ਵਿੱਚ ਇਹ ਦੱਸਿਆ ਗਿਆ ਵੀ ਯੂਰੋਪੀਅਨ ਕੰਟਰੀ ਆਈਸਲੈਂਡ ਹੈਗੀ ਜਿਹੜੀ ਉਹ ਵਰਲਡ ਦੀ ਮੋਸਟ ਪੀਸਫੁਲ ਕੰਟਰੀ ਹੈਗੀ। ਠੀਕ ਹੈ, ਸਭ ਤੋਂ ਜ਼ਿਆਦਾ ਪੀਸ ਆਈਸਲੈਂਡ ਕੰਟਰੀ ਦੇ ਵਿੱਚ ਹੈ। ਠੀਕ ਹੈ, ਇੰਡੀਆ ਦਾ ਰੈਂਕ ਕੋਈ ਦੱਸਣਯੋਗ ਨਹੀਂ ਹੁੰਦਾ। ਠੀਕ ਹੈ, ਇਸ ਸਾਲ ਤਾਂ 5 ਰੈਂਕ ਹੋਰ ਖਿਸਕ ਗਿਆ ਆਪਣੇ ਇੰਡੀਆ ਦਾ ਰੈਂਕ। ਪਿਛਲੇ ਸਾਲ 136 ਰੈਂਕ ਸੀਗਾ ਤੇ ਇਸ ਸਾਲ ਆਪਣੇ ਇੰਡੀਆ ਦਾ ਰੈਂਕ ਹੈਗਾ 141। ਠੀਕ ਹੈ, ਕਾਫੀ ਜ਼ਿਆਦਾ ਪੂਰ ਰੈਂਕਿੰਗ ਹੈਗੀ। 163 ਮਤਲਬ 163 ਕੰਟਰੀ ਨੂੰ ਇਸ ਇੰਡੈਕਸ ਦੇ ਵਿੱਚ ਰੈਂਕ ਕਰਿਆ ਗਿਆ ਤੇ ਆਪਣੇ ਇੰਡੀਆ ਦਾ ਰੈਂਕ ਸ਼ਰਮਨਾਕ 141 ਹੈ। ਠੀਕ ਹੈ, ਤੇ ਲੀਸਟ ਪੀਸਫੁਲ ਕੰਟਰੀ ਮਤਲਬ ਜਿਹੜੀ ਕੰਟਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਇਨਸਟੇਬਿਲਿਟੀ ਹੈ, ਪੀਸ ਬਿਲਕੁਲ ਵੀ ਨਹੀਂ ਹੈਗੀ, ਉਹ ਕੰਟਰੀ ਕਿਹੜੀ ਹੈ? ਉਹ ਹੈਗੀ ਜੀ ਅਫਗਾਨਿਸਤਾਨ। ਇਸ ਇੰਡੈਕਸ ਦੇ ਹਿਸਾਬ ਨਾਲ 3 ਡੋਮੇਨਸ ਦੇ ਆਧਾਰ ਤੇ ਇਸ ਇੰਡੈਕਸ ਨੂੰ ਰੈਂਕ ਕਰਿਆ ਗਿਆ। ਉਹ 3 ਡੋਮੇਨਸ ਕਿਹੜੇ ਨੇ? ਲੈਵਲ ਆਫ ਸੋਸਾਇਟੀਅਲ ਸੇਫਟੀ ਐਂਡ ਸਿਕਿਉਰਿਟੀ, ਦੂਜਾ ਹੈਗਾ ਜੀ ਐਕਸਟੈਂਟ ਆਫ ਆਨਗੋਇੰਗ ਡੋਮੈਸਟਿਕ ਐਂਡ ਇੰਟਰਨੈਸ਼ਨਲ ਕਨਫਲਿਕਟ, ਤੀਸਰਾ ਹੈਗਾ ਡਿਗਰੀ ਆਫ ਮਿਲੀਟਰਾਈਜੇਸ਼ਨ। ਠੀਕ ਹੈ, ਕਿਸੇ ਕੰਟਰੀ ਦੇ ਵਿੱਚ ਕਿੰਨੀ ਜ਼ਿਆਦਾ ਮਤਲਬ ਮਿਲੀਟੈਂਸੀ ਹੈਗੀ, ਉਹ ਇਹ ਸਾਰੇ ਕ੍ਰਾਈਟੇਰੀਆਜ਼ ਦੇ ਆਧਾਰ ਤੇ ਇਸ ਇੰਡੈਕਸ ਨੂੰ ਰੈਂਕ ਕਰਿਆ ਗਿਆ। ਹੁਣ ਆਪਾਂ ਚੱਲਦੇ ਹਾਂ ਆਪਣੇ ਅਗਲੀ ਨਿਊਜ਼ ਦੇ ਉੱਪਰ। ਅੱਗੇ ਇੱਕ ਅਵਾਰਡ ਆ ਗਿਆ ਜਿਹਨੂੰ ਤੁਸੀਂ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ, ਉਹਦਾ ਨਾਮ ਹੈਗਾ ਭਾਰਤੀ ਗਿਆਨਪੀਠ ਅਵਾਰਡ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਵਾਰਡ ਹੈ। ਠੀਕ ਹੈ, 54th ਅਵਾਰਡ ਇਹ ਇਸ ਸਾਲ ਕਿਹਨੂੰ ਦਿੱਤਾ ਗਿਆ? ਇੱਕ ਰਾਈਟਰ ਨੇਗੇ, ਉਹਨਾਂ ਦਾ ਨਾਮ ਹੈਗਾ ਅਮਿਤਾਭ ਘੋਸ਼। ਠੀਕ ਹੈ, ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਕਾਹਦੇ ਲਈ? ਕਿਉਂਕਿ ਉਹਨਾਂ ਨੇ ਜਿਹੜਾ ਇੰਗਲਿਸ਼ ਲਿਟਰੇਚਰ ਹੈ ਉਹਦੇ ਵਿੱਚ ਆਪਣੀ ਕਾਫੀ ਜ਼ਿਆਦਾ ਭੂਮਿਕਾ ਨਿਭਾਈ ਹੈ ਤੇ ਉਹਦੀ ਇਨਰਿਚਮੈਂਟ ਦੇ ਲਈ ਕਾਫੀ ਜ਼ਿਆਦਾ ਕੰਮ ਕੀਤਾ, ਸੋ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਠੀਕ ਹੈ, ਇਸ ਅਵਾਰਡ ਬਾਰੇ ਆਪਾਂ ਗੱਲ ਕਰੀਏ ਜੇ 1961 ਦੇ ਵਿੱਚ ਇਹਨੂੰ ਅਸਟੈਬਲਿਸ਼ ਕਰਿਆ ਗਿਆ ਸੀਗਾ। ਇਹ ਇੰਡੀਆ ਦਾ ਹਾਈਐਸਟ ਲਿਟਰੇਰੀ ਅਵਾਰਡ ਹੈ। ਠੀਕ ਹੈ, ਕਿਹਦੇ ਦੁਆਰਾ ਇਹ ਅਵਾਰਡ ਦਿੱਤਾ ਜਾਂਦਾ? ਆਰਗੇਨਾਈਜੇਸ਼ਨ ਹੈਗੀ ਭਾਰਤੀ ਗਿਆਨਪੀਠ, ਉਹ ਇਹ ਅਵਾਰਡ ਪ੍ਰੈਜੈਂਟ ਕਰਦੇ। ਠੀਕ ਹੈ, ਇਹਦੇ ਵਿੱਚ ਕੀ ਦਿੱਤਾ ਜਾਂਦਾ ਉਹ ਸਭ ਚੀਜ਼ਾਂ ਬਾਕੀ ਇੰਪੋਰਟੈਂਟ ਨਹੀਂ, ਬਸ ਕੈਸ਼ ਪ੍ਰਾਈਜ਼ ਤੁਸੀਂ ਪੜ੍ਹ ਲਓ, ਕਈ ਵਾਰ ਛੋਟੇ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ। 11 ਲੱਖ ਅਮਾਊਂਟ ਹੈਗੀ ਜਿਹੜੀ ਉਹ ਇਸ ਅਵਾਰਡ ਦੇ ਵਿੱਚ ਦਿੱਤੀ ਜਾਂਦੀ ਹੈ। ਠੀਕ ਹੈ, ਵਿਨਰ ਨੂੰ, ਤੇ ਇਹ ਅਵਾਰਡ ਦਿੱਤਾ ਕਿਹੜੀ ਲੈਂਗੁਏਜ ਦੇ ਵਿੱਚ ਜਾਂਦਾ? ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ, ਜਿਹੜੇ ਆਪਣੇ ਸੰਵਿਧਾਨ ਦੇ ਵਿੱਚ 8th ਸ਼ਡਿਊਲ ਹੈਗਾ। ਠੀਕ ਹੈ, ਆਪਣੇ ਸੰਵਿਧਾਨ ਦੇ ਵਿੱਚ 12 ਸ਼ਡਿਊਲ ਨੇ ਟੋਟਲ, ਉਹਨਾਂ ਦੇ ਵਿੱਚੋਂ ਜਿਹੜਾ 8ਵਾਂ ਸ਼ਡਿਊਲ ਹੈ ਉਹਦੇ ਵਿੱਚ 22 ਇੰਡੀਅਨ ਲੈਂਗੁਏਜ ਨੇਗੇ। ਠੀਕ ਹੈ, ਇੱਕ ਤਾਂ ਉਹ 22 ਲੈਂਗੁਏਜ ਹੋ ਗਿਆ ਤੇ ਉਸ ਤੋਂ ਇਲਾਵਾ ਇੰਗਲਿਸ਼ ਲੈਂਗੁਏਜ ਹੈਗੀ, ਇਹ ਮਿਲਾ ਕੇ ਟੋਟਲ 23 ਲੈਂਗੁਏਜ ਦੇ ਵਿੱਚ ਇਹ ਅਵਾਰਡ ਦਿੱਤਾ ਜਾਂਦਾ। ਇਹ ਅਵਾਰਡ ਕਾਫੀ ਜ਼ਿਆਦਾ ਇੰਪੋਰਟੈਂਟ ਕਿਉਂ ਬਣਦਾ ਹੈ, ਕਿਉਂ ਦੱਸ ਰਿਹਾ ਮੈਂ ਤੁਹਾਨੂੰ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ? ਕਿਉਂਕਿ 1961 ਤੋਂ ਲੈ ਕੇ 2019 ਤੱਕ, ਠੀਕ ਹੈ, ਇਹ ਅਵਾਰਡ ਇੰਗਲਿਸ਼ ਲੈਂਗੁਏਜ ਦੇ ਵਿੱਚ ਕਿਸੇ ਨੂੰ ਨਹੀਂ ਦਿੱਤਾ ਗਿਆ ਸੀਗਾ। ਇਹ ਪਹਿਲੇ ਪਰਸਨ ਨੇਗੇ ਅਮਿਤਾਭ ਘੋਸ਼ ਜਿਨ੍ਹਾਂ ਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਇਹ ਅਵਾਰਡ ਦਿੱਤਾ ਗਿਆ। ਠੀਕ ਹੈ, ਤੇ ਇੰਪੋਰਟੈਂਟ ਗੱਲ ਲਾਸਟ, ਇਹ ਅਵਾਰਡ ਪੋਸਥਿਊਮਸਲੀ ਨਹੀਂ ਦਿੱਤਾ ਜਾਂਦਾ। ਪੋਸਥਿਊਮਸਲੀ ਤੋਂ ਭਾਵ ਮਰਨ ਉਪਰੰਤ, ਠੀਕ ਹੈ, ਕਿਸੇ ਪਰਸਨ ਦੀ ਡੈਥ ਹੋ ਜੇ ਤਾਂ ਉਹਨੂੰ ਬਾਅਦ ਦੇ ਵਿੱਚ ਇਹ ਅਵਾਰਡ ਨਹੀਂ ਦਿੱਤਾ ਜਾਂਦਾ। ਠੀਕ ਹੈ, ਇਹ ਸੀ ਸਾਰਾ ਭਾਰਤੀ ਗਿਆਨਪੀਠ ਅਵਾਰਡ ਦੇ ਉੱਪਰ। ਅਗਲੀ ਨਿਊਜ਼ ਆ ਗਈ ਸ਼ਾਂਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਉੱਪਰ। ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਕਿਸੇ ਦਿਨ ਆਪਾਂ ਇਸ ਆਰਗੇਨਾਈਜੇਸ਼ਨ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਸੋ ਅੱਜ ਉਹ ਦਿਨ ਆ ਚੁੱਕਿਆ ਹੈ। ਕੀ ਨਿਊਜ਼ ਹੈਗੀ? ਜਿਹੜੀ ਇਹ ਆਰਗੇਨਾਈਜੇਸ਼ਨ ਹੈਗੀ, ਇਹਦਾ 19ਵਾਂ ਸਮਿਟ, ਠੀਕ ਹੈ, ਕਿੱਥੇ ਹੈਲਡ ਹੋਇਆ? ਸੈਂਟਰਲ ਏਸ਼ੀਅਨ ਕੰਟਰੀ ਹੈਗੀ ਕਿਰਗਿਸਤਾਨ, ਜਿਹਨੂੰ 2-3 ਦਿਨ ਪਹਿਲਾਂ ਮੈਂ ਤੁਹਾਨੂੰ ਮੈਪਿੰਗ ਦੇ ਵਿੱਚ ਵੀ ਦਿਖਾ ਚੁੱਕਿਆ, ਉਹਦੀ ਕੈਪੀਟਲ ਹੈਗੀ ਬਿਸ਼ਕੇਕ, ਉਹਦੇ ਵਿੱਚ ਇਹ ਸਮਿਟ ਹੈਲਡ ਹੋਇਆ। ਇਸ ਆਰਗੇਨਾਈਜੇਸ਼ਨ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਪੋਲੀਟੀਕਲ, ਇਕਨੋਮਿਕ ਤੇ ਮਿਲੀਟਰੀ ਆਰਗੇਨਾਈਜੇਸ਼ਨ ਹੈਗੀ। 2001 ਦੇ ਵਿੱਚ ਇਹਨੂੰ ਫਾਊਂਡ ਕਰਿਆ ਗਿਆ ਸੀਗਾ, ਠੀਕ ਹੈ, ਐਸਟੈਬਲਿਸ਼ ਹੋਈ ਸੀ 2001 ਦੇ ਵਿੱਚ ਇਹ
पूर्ण रूप दे विच मतलब लागू हो गई सी। जे इहदा नाम शांघाई कारपोरेशन ऑर्गनाइजेशन हैगा तां इहदा इह मतलब नहीं भी इहदा हैडक्वार्टर भी शांघाई दे विच होगा। इहदा हैडक्वार्टर हैगा जी बीजिंग दे विच जो कि चाइना दी कैपिटल है। इहदे मैंबरां दी जे इहदे जे आपां मैंबरस दी गल करिए बहुत ही ज्यादा इंपोर्टेंट बनते हैं क्योंकि यह ऑर्गनाइजेशन काफ़ी ज्यादा न्यूज हैगी। किहड़े किहड़े ने देखो पांच सेंट्रल एशियन कंट्रीज ने गिया चार तो कंट्री सेंट्रल एशियन कंट्री होंगे कि कजाकिस्तान उज़्बेकिस्तान किर्गिस्तान ते तजाकिस्तान। नोट करने वाली गल यह है कि तुर्कमेनिस्तान जी कंट्री है वो यदि मैंबर नहीं हैगी इस ऑर्गनाइजेशन की। ठीक है तो इस तो अलावा कंट्रीज तो अलावा रशिया मैंबर है यदा चाइना मैंबर है। ठीक है तो इस तो अलावा इंडिया के जो पाकिस्तान ये दो देश ने इन्होंने 2017 के इस ऑर्गनाइजेशन का मैंबर बनाया गया से। ठीक है 2017 के इंडिया के पाकिस्तान इस ऑर्गनाइजेशन के ऐड हुए थे। चार ऑब्जर्वर मैंबर भी ने इस ऑर्गनाइजेशन के कि अफगानिस्तान बेलारूस ईरान से मंगोलिया। ठीक है वर्ल्ड लीडर जेडे इन सारे देश के दे प्रेजिडेंट प्रजा प्राइम मिनिस्टर ने गे वो इस कॉरपोरे इस ऑर्गनाइजेशन के मतलब जो समिट होया बिश्केक के उत्थे भाग लिया। अपने देश के प्रधानमंत्री नरेंद्र मोदी इस समिट के मतलब अपनी इन्होंने नुमाइंदगी पेश करी सी। ठीक है ऑब्जेक्टिव की है ऑब्जेक्टिव लगभग लगभग सारिया ऑर्गनाइजेशन का सेम ही भी एक तरह म्यूचुअल ट्रस्ट बनाना जो मैंबर स्टेट ने। ठीक है नेबरलीनैस उस तो अलावा जो ट्रेड इकोनमी रिसर्च टेक्नोलॉजी कल्चर इन सारे चीज़ों जो मैंबर स्टेट्स ने उन्होंने आपस के कोऑपरेशन बनाना। ठीक है देखो ये ऑर्गनाइजेशन का अपन इंडिया को कोई खास वाडा लाभ नहीं होता बट एक लाभ जरूर हो सकता है। ये एक गल मैं तुम्हें दसदा जी इस ऑर्गनाइजेशन के मैंबर ने गए जो सारे मैंबर कंट्री ने इन्हों सार एक दूजे के लैंड बॉर्डर टच करता मतलब जे आप इंडिया तो फर्ज करो रशिया जाना हो तो आप इन्हों कंट्रीज़ के थ्रू रशिया पहुँच सकते हैं। ठीक है बाय रोड। ठीक है जे इन कंट्रीज़ के मतलब आपसी कोऑपरेशन वधिया हो मतलब अपना जो सी थ्रू या किसी होर भी थ्रू ट्रेड होंगे वो उपर बर्डन घट पवे। ठीक है आप बाय रोड ज्यादा मतलब प्रैफर कर सकते हैं अपना ट्रेड। ठीक है सो एक छोटा जहा मतलब बेसिक एडवांटेज सी इस ऑर्गनाइजेशन के मैंबर बन की। उस तो अलावा एक होर इंपोर्टेंट गल है यह जी ऑर्गनाइजेशन है यह टैररिज्म के फील्ड से भी काफ़ी काम करती है। इन्हों की एक अलग तो ऑर्गनाइजेशन है। ठीक है इन्हों का जी एस सी ऑर्गनाइजेशन है यदा एक अलग तो ग्रुप है वह नाम है रैट्स जिंकी फुल फॉर्म हैगी रीजनल एंटी टैररिज्म स्ट्रक्चर। ठीक है इनू बनाई टैररिज्म रोकने के लिए मतलब वो सारा कुछ मॉनिटर करने के लिए बनाया गया। ठीक है यदा हैडक्वार्टर कि है वो हैगा जी उज़्बेकिस्तान की कैपिटल ताशकंद के जिथे लाल बहादुर शास्त्री जी की डैथ हुई थी। ठीक है एक कादे लिए काम करता तीन मतलब पिलर्स ने गए मतलब जेडे टैररिज्म दे टैररिज्म सैपरेटिज्म ते एक्सट्रीमिज्म इन सारे नू मिलके मैंबर स्टेट्स ने खत्म करना है। सो इस जेडा ये रैड्स ऑर्गनाइजेशन सी इहदा ये एम सीगा। अगली इंपोर्टेंट न्यूज़ आ गई जी अपनी कैबिनेट हैगी यूनियन कैबिनेट उन्होंने यह अपरूव करता है यह बिल। ठीक है वो बिल का नाम की है मुस्लिम वूमेन प्रोटेक्शन ऑफ राइट्स ऑन मैरिज बिल 2019 जिन्होंने ट्रिपल तलाक बिल के नाम भी जाना जाता है। ठीक है इस बिल के की प्रोविजन ने गे वो मैं तुम्हें दसदा। इस बिल के दसया गया भी एक तो इंस्टेंट ट्रिपल तलाक। ठीक है जो जो कोई भी परसन अपनी वाइफ को तीन बार तलाक 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 कह रहा है तो उन्होंने तलाक मनिया जाता सू मतलब सुप्रीम कोर्ट ने मतलब इस बिल के दसया गया प्रोविजन दिता गया भी वह चीज़ हूँ तो अवॉयड हैगी इलीगल हैगी। ठीक है तो जे कोई परसन अपनी वाइफ में एवें तलाक दिता है तो उन्होंने 3 साल की जेल हो सकती है तो उस तो अलावा फाइन होगा उन्होंने अड्ड तो यह एक कोगनाइजेबल ऑफेंस होगा। ठीक है एक कोगनाइजेबल तो कंपाउंडेबल ऑफेंस की होंगे ने यह मैं तुम्हें थोड़े टाइम तक ही समझा। ठीक है आप पहले इनू ये प्रोविजन डिस्कस कर लिए हूँ ये की पावर दिखाई गई ने जो मतलब ब्लॉक जो सब मतलब जिहड़े दा मैजिस्ट्रेट होगा उन्हें यह पावर दी गई है भी एक तो जो अक्यूज परसन होगा वो मतलब वो मतलब रिस्पोंस से जोड़ा भी मतलब परसन मतलब कोई हसबेंड होगा किसी वाइफ का जिन्होंने मतलब उन्हें तलाक दिता है वह वाइफ के कहने मतलब जे वो परसन मतलब बेल भी ग्रांट कर सकता है। ठीक है जो अक्यूज परसन होगा तो उस तो अलावा मैजिस्ट्रेट को भी यह पावर हैगी भी वह इस कम जोड़ा ये ऑफेंस हैगा ट्रिपल तलाक के आधार पर जो फेंस बनता है उन्होंने कंपाउंडेबल भी बना सकता है। ठीक है हूँ मैं तुम्हें यह दसदा भी कंपाउंडेबल तो कोगनाइजेबल ऑफेंस की होंगे। देखो कोगनाइजेबल ऑफेंस तो वह होंगे जिदे पुलिस हैगी जी अपनी वो बिना वारंट तो मतलब किसी परसन अरैसट कर सकती है। ठीक है वह तो हो गया कोगनाइजेबल ऑफेंस। तो कंपाउंडेबल ऑफेंस की होंगे मतलब जो आप फर्ज करो मैं तुम्हें एग्जाम्पल तो समझा हूँ अपने पिंडों के किसी मैटर में लैके। ठीक है दो पिंडों के हरेक पिंड वैसे अजक दो धिर होंगे ने। ठीक है किसी गलों उन्होंने लड़ाई झगड़ा हो गया। ठीक है वो गल थाने पहुँच गई थाने जाके की होंगे आप सुनते हैं राजी बंदा हो गया। ठीक है वो राजी बंद कहें कंपाउंडेबल ऑफेंस कहें मतलब दोवें जो राजी हो जाए किसी मैटर में लैके उन्होंने कंपाउंडेबल ऑफेंस कहते हैं। ठीक है तो यह मैजिस्ट्रेट जाने की जोड़ा
SDM हो गया ठीक है ओदे कोल ये पावर हैगी ओ कंपाउंडेबल ए सफेंस नू बना सकता ठीक है ए सीगे दे प्रोविजन हुण आपां जे गल करिए वी जेड़ा मुस्लिम धर्म हैगा ठीक है इस्लाम दे विच तलाक किन्ने तरह दे ने ठीक है ओ तीन तरह दे ने पहला तां आ गया जी तलाक ए एहसान एदे विच इक सेंटेंस दे विच तलाक दित्ता जांदा ठीक है आपां इन्हां दे बाली डिटेल दे विच नहीं जाणा क्योंकि आपणे लई जेड़ा तीजा तलाक है ओ इंपोर्टेंट है दूजा तलाक हैगा तलाक ए हसन ठीक है ते तीजा इंपोर्टेंट तलाक जिहदे लई इह बिल बनाया गया ओहदा नाम हैगा तलाक ए बिदत ठीक है इस तलाक नूं लैके इह बिल प्रपोज करिया गया ठीक है देखो इह तलाक कादे लई मतलब सरकार ने बिल प्रपोज करिया क्योंकि इहदे नाल जिहड़े अपने वूमेनस नेगियां मुस्लिम औरतां उहनां दे मतलब तीन अधिकार ਸਭ ਮਤਲਬ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਸੀਗੇ ਉਹ ਕਿਹੜੇ ਕਿਹੜੇ ਆਰਟੀਕਲ 14 ਇਕੁਐਲਿਟੀ ਬਿਫੋਰ ਲਾ 15 ਨੋ ਡਿਸਕ੍ਰਿਮੀਨੇਸ਼ਨ ਵਾਲਾ ਠੀਕ ਹੈ ਤੇ ਉਸ ਤੋਂ ਇਲਾਵਾ ਆਰਟੀਕਲ 21 ਰਾਈਟ ਟੂ ਲਾਈਫ ਇਹ ਸਾਰੇ ਵਾਇਲੇਟ ਹੋ ਰਹੇ ਸੀਗੇ ਇਸ ਤਲਾਕ ਕਰਕੇ ਟ੍ਰਿਪਲ ਤਲਾਕ ਕਰਕੇ ਠੀਕ ਹੈ ਸੋ ਤਾਂ ਕਰਕੇ ਇਹਨੂੰ ਵੋਇਡ ਡਿਕਲੇਅਰ ਕਰਤਾ ਠੀਕ ਹੈ ਸੁਪਰੀਮ ਕੋਰਟ ਨੇ ਵੀ ਆਪਣਾ ਫੈਸਲਾ ਉਹ ਦਿੱਤਾ ਸੀਗਾ ਠੀਕ ਹੈ ਉਸ ਤੋਂ ਇਲਾਵਾ 20 ਇਸਲਾਮਿਕ ਸਟੇਟਸ ਨੇਗੇ ਮਤਲਬ 20 ਇਸਲਾਮਿਕ ਕੰਟਰੀ ਨੇਗੇ ਉਹਨਾਂ ਦੇ ਵਿੱਚ ਵੀ ਇਹ ਤਲਾਕ ਬੈਨ ਹੈਗਾ ਫੋਰ ਐਗਜ਼ਾਮਪਲ ਪਾਕਿਸਤਾਨ ਦੇ ਵਿੱਚ ਵੀ ਟ੍ਰਿਪਲ ਤਲਾਕ ਨੂੰ ਬੈਨ ਕਰਿਆ ਗਿਆ ਬੰਗਲਾਦੇਸ਼ ਦੇ ਵਿੱਚ ਵੀ ਇਹਨੂੰ ਬੈਨ ਕਰਿਆ ਗਿਆ ਤੇ ਹੋਰ ਵੀ ਟੋਟਲ ਮਿਲਾ ਕੇ 20 ਕੰਟਰੀਜ਼ ਨੇ ਬਟ ਕਈ ਕੰਟਰੀਜ਼ ਨੇ ਜਿਵੇਂ ਕਿ ਫੋਰ ਐਗਜ਼ਾਮਪਲ ਸਾਊਦੀ ਅਰੇਬੀਆ ਉਹਨਾਂ ਦੇ ਵਿੱਚ ਹਜੇ ਵੀ ਇਸ ਤਲਾਕ ਨੂੰ ਇਸ ਪ੍ਰੈਕਟਿਸ ਨੂੰ ਫੋਲੋ ਕਰਿਆ ਜਾਂਦਾ ਠੀਕ ਹੈ ਸੋ ਇਹ ਸੀ ਸਾਰਾ ਟ੍ਰਿਪਲ ਤਲਾਕ ਜਿਹੜਾ ਬਿੱਲ ਪੇਸ਼ ਕਰਿਆ ਗਿਆ ਕੈਬਨਿਟ ਦੁਆਰਾ ਇਹਦੇ ਬਾਰੇ ਅਗਲੀ ਇੰਪੋਰਟੈਂਟ ਨਿਊਜ਼ ਆ ਗਈ ਇੰਡੀਆ ਦਾ ਆਪਣਾ ਸਪੇਸ ਸਟੇਸ਼ਨ ਹੋਊਗਾ ਬਹੁਤ ਹੀ ਜਲਦ ਠੀਕ ਹੈ ਜਿਹੜੇ ਇਸਰੋ ਆਪਣੀ ਆਰਗੇਨਾਈਜੇਸ਼ਨ ਹੈਗੀ ਉਹਦੇ ਚੇਅਰਮੈਨ ਹੈਗੇ ਡਾਕਟਰ ਕੇ ਸਿਵਾਨ ਉਹਨਾਂ ਨੇ ਇਹ ਅਨਾਊਂਸ ਕਰਿਆ ਤੇ ਪ੍ਰੈਸ ਦੇ ਵਿੱਚ ਵੀ ਇੰਡੀਆ ਦਾ ਆਪਣਾ ਸਪੇਸ ਸਟੇਸ਼ਨ ਹੋਊਗਾ ਬਹੁਤ ਹੀ ਜਲਦ ਠੀਕ ਹੈ ਇਹਨੂੰ ਕਦ ਲਾਂਚ ਕਰਨਗੇ ਇਹਨੂੰ 2030 ਦੇ ਅਰਾਊਂਡ ਸਪੇਸ ਸਟੇਸ਼ਨ ਨੂੰ ਲਾਂਚ ਕਰਨਗੇ ਠੀਕ ਹੈ ਇਹਦੇ ਕੁਝ ਕੁ ਮਤਲਬ ਉਹਨਾਂ ਨੇ ਡਿਟੇਲ ਦੱਸਿਆ ਸੀਗਾ ਵੀ ਇਹਦਾ ਭਾਰ ਹੋਊਗਾ 20 ਟਨ ਤੋਂ ਭਾਵ ਬਹੁਤ ਹੀ ਛੋਟਾ ਸਪੇਸ ਸਟੇਸ਼ਨ ਹੋਊਗਾ ਬਟ ਇੰਪੋਰਟੈਂਟ ਗੱਲ ਇਹ ਹੈਗੀ ਵੀ ਇੰਡੀਆ ਇਸ ਸਪੇਸ ਸਟੇਸ਼ਨ ਨੂੰ ਅਲੋਨ ਮਤਲਬ ਇੰਡੀਜੀਨੀਅਸਲੀ ਬਣਾਊਗਾ ਬਿਨਾਂ ਕਿਸੇ ਕੰਟਰੀ ਦੀ ਹੈਲਪ ਤੋਂ ਠੀਕ ਹੈ ਇਕੱਲਾ ਇੰਡੀਆ ਹੀ ਇਹ ਸਪੇਸ ਸਟੇਸ਼ਨ ਦੇ ਕੰਮ ਕਰੂਗਾ ਠੀਕ ਹੈ ਸੋ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹਦੇ ਮੁਕਾਬਲੇ ਤੇ ਬਹੁਤ ਛੋਟਾ ਹੈਗਾ ਉਹਦਾ ਵੇਟ ਤੱਕ ਅਪਰੋਕਸੀਮੇਟਲੀ 450 ਟਨ ਹੈਗਾ ਠੀਕ ਹੈ ਬਟ ਇਹ ਆਪਣੇ ਲਈ ਇੱਕ ਵਧੀਆ ਉਪਲਬਧੀ ਹੈ ਜੇ ਆਪਾਂ ਇਹ ਸਟੈਪ ਚੱਕਦੇ ਹਾਂ ਤੇ ਸਪੇਸ ਸਟੇਸ਼ਨ ਆਪਾਂ ਬਣਾਉਣਾ ਠੀਕ ਹੈ ਤੇ ਇਹ ਸਪੇਸ ਸਟੇਸ਼ਨ ਨੂੰ ਪਲੇਸ ਕਿੱਥੇ ਕੀਤਾ ਜਾਊਗਾ ਜਿਹੜਾ ਆਪਣਾ ਅਰਥ ਲੋ ਅਰਥ ਓਰਬਿਟ ਹੈ ਅਪਰੋਕਸੀਮੇਟਲੀ 400 ਕਿਲੋਮੀਟਰ ਦੀ ਹਾਈਟ ਤੇ ਉੱਥੇ ਇਹਨੂੰ ਪਲੇਸ ਕਰਿਆ ਜਾਊਗਾ ਠੀਕ ਹੈ ਸੋ ਇਹ ਸੀ ਸਾਰਾ ਉਹਨਾਂ ਨੇ ਜਿਹੜੇ ਮਤਲਬ ਨਿਊਜ਼ ਦੇ ਵਿੱਚ ਆਇਆ ਸੀਗਾ ਵੀ ਇੰਡੀਆ ਦਾ ਆਪਣਾ ਸਪੇਸ ਸਟੇਸ਼ਨ ਹੋਊਗਾ 2030 ਦੇ ਵਿੱਚ ਠੀਕ ਹੈ ਸੋ ਅੱਗੇ ਚੱਲਦੇ ਆਪਾਂ ਇੱਕ DRDO ਨੇ ਇੱਕ ਏਅਰਕ੍ਰਾਫਟ ਟੈਸਟ ਕਰਿਆ ਉਹਦਾ ਨਾਮ ਹੈਗਾ ਹਾਈਪਰਸੋਨਿਕ ਟੈਕਨੋਲੋਜੀ ਡੈਮੋਸਟ੍ਰੇਟ ਵਹੀਕਲ ਜਿਹਨੂੰ HSDTV ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਇਹ ਹੈ ਕੀ ਚੀਜ਼ ਇਹ ਇੱਕ ਅਨਮੈਂਡ ਸਕ੍ਰੈਮ ਜੈਟ ਡੈਮੋਸਟ੍ਰੇਟਰ ਏਅਰਕ੍ਰਾਫਟ ਹੈ ਠੀਕ ਹੈ ਇਹ ਸਕ੍ਰੈਮ ਜੈਟ ਤੇ ਰੈਮ ਜੈਟ ਕੀ ਹੁੰਦਾ ਇਹ ਮੈਂ ਤੁਹਾਨੂੰ ਅਗਲੀ ਸਲਾਈਡ 'ਚ ਸਮਝਾਉਣਾ ਠੀਕ ਹੈ ਇਹ ਜਿਹੜਾ HSDTV ਹੈ ਇਹਦੀ ਸਪੀਡ 6 ਮੈਕ ਹੈਗੀ ਇੱਕ ਮੈਕ ਤੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਮੈਕ ਨੰਬਰ ਦਾ ਮੈਂ ਤੁਹਾਨੂੰ ਇੱਕ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਅਪਰੋਕਸੀਮੇਟਲੀ ਇਹਦੀ ਸਪੀਡ 1200 ਤੋਂ ਕਿਲੋਮੀਟਰ ਪਰ ਆਰ ਤੋਂ ਕਾਫੀ ਜ਼ਿਆਦਾ ਹੋਊਗੀ ਠੀਕ ਹੈ ਮਤਲਬ ਕਾਫੀ ਜ਼ਿਆਦਾ ਸਪੀਡ ਹੋਊਗੀ ਇਹ ਜਿਹੜਾ ਏਅਰਕ੍ਰਾਫਟ ਹੈ ਠੀਕ ਹੈ ਇਹਨੂੰ ਇੰਡੀਜੀਨੀਅਸਲੀ ਬਣਾਇਆ ਗਿਆ DRDO ਦੁਆਰਾ ਠੀਕ ਹੈ ਕਾਹਦੇ ਵਾਸਤੇ ਯੂਜ਼ ਹੋਊਗਾ ਸਸਤੀਆਂ ਮਤਲਬ ਛੋਟੀਆਂ ਸੈਟੇਲਾਈਟਸ ਹੋ ਗਈਆਂ ਉਹਨਾਂ ਨੂੰ ਮਤਲਬ ਲੋਅ ਕੋਸਟ ਘੱਟ ਖਰਚੇ ਤੇ ਲਾਂਚ ਕਰਨਾ ਇਹ ਕੰਮ ਕਰ ਸਕਦਾ ਉਸ ਤੋਂ ਇਲਾਵਾ ਲੌਂਗ ਰੇਂਜ ਜਿਹੜੀ ਕਰੂਜ਼ ਮਿਸਾਈਲਾਂ ਹੋ ਗਈਆਂ ਨੇ ਉਹਨਾਂ ਨੂੰ ਇਸ ਜਿਹੜਾ ਇਹ ਏਅਰਕ੍ਰਾਫਟ ਹੈ ਇਹਦੇ ਵਿੱਚ ਅਟੈਚ ਕਰ ਦਿੱਤਾ ਜਾਊਗਾ ਤੇ ਉਹਨਾਂ ਨੂੰ ਮਤਲਬ ਪਹੁੰਚਾਇਆ ਜਾਊਗਾ ਆਪਣੇ ਟਾਰਗੇਟ ਦੇ ਉੱਪਰ ਠੀਕ ਹੈ ਸੋ ਇਹ ਇਹਦੇ ਫੀਚਰ ਸੀਗੇ ਹੁਣ ਮੈਂ ਤੁਹਾਨੂੰ ਤਾਂ ਦੱਸਦਾ ਵੀ ਰੈਮ ਜੈਟ ਤੇ ਸਕ੍ਰੈਮ ਜੈਟ ਜਿਹੜੇ ਇਹ ਇੰਜਨ ਹੁੰਦੇ ਨੇ ਇਹ ਕੀ ਹੁੰਦੇ ਨੇ ਦੇਖੋ ਇਹਨਾਂ ਦੇ ਵਿੱਚ ਫਰਕ ਕੋਈ ਨਹੀਂ ਹੁੰਦਾ ਇਹ ਫਰਕ ਹੁੰਦਾ ਦੇਖੋ ਰੈਮ ਜੈਟ ਇੰਜਨ ਹੈਗਾ ਜਿਹੜਾ ਉਹਦੇ ਵਿੱਚ ਆਕਸੀਜਨ ਦੇਖੋ ਜਿਹੜੇ ਇਹ ਰਾਕੇਟ ਦੇ ਸਾਇੰਸ ਦੇ ਵਿੱਚ ਜਿਹੜੇ ਇਹ ਇੰਜਨ ਯੂਜ਼ ਹੁੰਦੇ ਨੇ ਇਹਨਾਂ ਦੇ ਵਿੱਚ ਅਲੱਗ ਤੋਂ ਆਕਸੀਡਾਈਜ਼ਰ ਲੱਗਿਆ ਹੁੰਦਾ ਠੀਕ ਹੈ ਆਕਸੀਜਨ ਮਤਲਬ ਉਹਨੂੰ ਫਿਊਲ ਉਹ ਕਰਦੀ ਹੈ ਠੀਕ ਹੈ ਤੇ ਇਹਦੇ ਵਿੱਚ ਕੀ ਹੋਊਗਾ ਅੱਗੇ ਤਾਂ ਆਕਸੀਡਾਈਜ਼ਰ ਇੰਜਨ ਦੇ ਵਿੱਚ ਅਲੱਗ ਤੋਂ ਲੱਗਿਆ ਹੁੰਦਾ ਸੀਗਾ ਬਟ ਰੈਮ ਜੈਟ ਇੰਜਨ ਦੇ ਵਿੱਚ ਕੀ ਹੁੰਦਾ ਹੈ ਜਿਹੜੀ ਆਕਸੀਜਨ ਹੁੰਦੀ ਹੈ ਉਹ ਜਿਹੜਾ ਇਹ ਇੰਜਨ ਹੁੰਦਾ ਉਹ ਐਟਮੋਸਫੇਅਰ ਤੋਂ ਲੈਂਦਾ ਠੀਕ ਹੈ ਹੁਣ ਜੇ ਐਟਮੋਸਫੇਅਰ ਤੋਂ ਲੈਂਦਾ ਅਲੱਗ ਤੋਂ ਇੰਜਨ ਦੇ ਵਿੱਚ ਇਹ ਅਪਰੇਟਸ ਦੇ ਵਿੱਚ ਆਕਸੀਡਾਈਜ਼ਰ ਨਹੀਂ ਲੱਗਿਆ ਤਾਂ ਇਹਦਾ ਕੀ ਫਾਇਦਾ ਹੋਊਗਾ ਇੱਕ ਤਾਂ ਇੰਜਨ ਦਾ ਵੇਟ ਭਾਰ ਘਟੂਗਾ ਠੀਕ ਹੈ ਉਹਦੇ ਨਾਲ ਕੀ ਹੋਊਗਾ ਜਿਹੜੀ ਰਾਕੇਟ ਦੀ ਐਫੀਸ਼ੀਐਂਸੀ ਹੋਊਗੀ ਉਹ ਵਧੂਗੀ ਠੀਕ ਹੈ ਤੇ ਹੁਣ ਰੈਮ ਜੈਟ ਤੇ ਸਕ੍ਰੈਮ ਜੈਟ ਇੰਜਨ ਦੇ ਵਿੱਚ ਕੀ ਫਰਕ ਹੁੰਦਾ ਦੇਖੋ ਸਕ੍ਰੈਮ ਜੈਟ ਇੰਜਨ ਵੀ ਰੈਮ ਜੈਟ ਇੰਜਨ ਹੀ ਹੁੰਦਾ ਬਟ ਇਹ ਉਦੋਂ ਵਰਤੋਂ ਚ ਆਉਂਦਾ ਹੈ ਜਦੋਂ ਮਤਲਬ ਇੰਜਨ ਆਪਣੀ ਸੁਪਰਸੋਨਿਕ ਸਪੀਡ ਤੇ ਪਹੁੰਚ ਜੇ ਠੀਕ ਹੈ ਮਤਲਬ ਜਦੋਂ ਧਰਤੀ ਤੋਂ ਮਤਲਬ ਇੰਜਨ ਸਟਾਰਟ ਹੋ ਕੇ ਚੱਲੂਗਾ ਉਹ ਤੋਂ ਰੈਮ ਜੈਟ ਹੋਊਗਾ ਜੇ ਉਹ ਐਟਮੋਸਫੇਅਰ ਚ ਪਹੁੰਚ ਗਿਆ ਉਦੋਂ ਉਹਨੂੰ ਸਕ੍ਰੈਮ ਜੈਟ ਇੰਜਨ ਕਹਿ ਦਿੰਦੇ ਨੇ ਮਤਲਬ ਜਦੋਂ ਉਹ ਸੁਪਰਸੋਨਿਕ ਸਪੀਡ ਅਚੀਵ ਕਰ ਗਿਆ ਉਦੋਂ ਉਹ ਸਕ੍ਰੈਮ ਜੈਟ ਇੰਜਨ ਬਣ ਜਾਊਗਾ ਠੀਕ ਹੈ ਇੱਕੋ ਚੀਜ਼ ਹੁੰਦੀ ਹੈ ਮਤਲਬ ਜਿਹੜਾ ਸਕ੍ਰੈਮ ਜੈਟ ਇੰਜਨ ਹੈ ਇਹ ਦੇਖੋ ਲਿਖਿਆ ਹੋਇਆ ਹੈ ਵੀ ਇਹ ਉਦੋਂ ਯੂਜ਼ ਹੁੰਦਾ ਸਿਰਫ ਐਟਮੋਸਫੇਰਿਕ ਜਿਹੜਾ ਫੇਜ਼ ਹੈਗਾ ਉਹਦੇ ਵਿੱਚ ਯੂਜ਼ ਹੁੰਦਾ ਇਨੀਸ਼ੀਅਲ ਫੇਜ਼ ਦੇ ਵਿੱਚ ਸਕ੍ਰੈਮ ਜੈਟ ਇੰਜਨ ਨਹੀਂ ਯੂਜ਼ ਹੁੰਦਾ ਉਹਨੂੰ ਕਹਿ ਦਿੰਦੇ ਨੇ ਰੈਮ ਜੈਟ ਇੰਜਨ ਇਨੀਸ਼ੀਅਲ ਸਟੇਜ ਦੇ ਵਿੱਚ ਠੀਕ ਹੈ ਸੋ ਇਹ ਸੀ ਆਪਣਾ ਸਾਰਾ ਅੱਜ ਦਾ ਅਨਾਲਿਸਿਸ ਵੀਡੀਓ ਦੀ ਜਿਹੜੀ PDF ਹੈਗੀ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਹੋ ਜੂਗੀ ਤੇ ਮਿਲਦੇ ਆਪਾਂ ਕੱਲ ਦੇ ਨਿਊਜ਼ ਦੇ ਨਾਲ ਧੰਨਵਾਦ।